ਕਿੱਥੋਂ ਆਏ ਤੁਸੀਂ ਸਰ? ਮੈਂ ਲਾਹੌਰ ਤੋਂ ਆਇਆ ਵਾਂ ਔਰ ਸਿਰਫ ਮੈਂ ਦੇਖਣ ਆਇਆ ਸੀ। ਅੱਜ ਸਾਰੇ ਸਾਡੇ ਸਿੱਖ ਬਰਾਦਰੀ ਜਿੰਨੀ ਵੀ ਹੈ ਸਭ ਲੋਕ ਇੱਧਰ ਆਏ ਸਨ। ਅਸੀਂ ਸਮਝ ਲਓ ਉਹਨਾਂ ਨੂੰ ਵੈਲਕਮ ਕਹਿਣ ਲਈ ਆਏ ਹਾਂ ਜੀ ਲਾਹੌਰ ਤੋਂ ਸਪੈਸ਼ਲ। ਬਹੁਤ ਸ਼ੁਕਰੀਆ, ਅਸੀਂ ਬਹੁਤ 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 ਖੁਸ਼ ਹਾਂ ਅਤੇ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ। ਤੁਸੀਂ ਸਾਡੀ ਸਿੱਖਾਂ ਬਾਰੇ ਕੀ ਸੋਚ ਰੱਖਦੇ ਹੋ? ਸਰ ਸਿੱਖ ਤਾਂ ਬੜੀ ਬਿਹਤਰੀਨ ਕੌਮ ਹੈ ਸਰ। ਸਾਡੇ ਤਾਂ ਇੱਥੇ ਜਿੰਨੇ ਵੀ ਸਿੱਖ ਸਾਡੇ ਭਾਈ ਨੇ ਲਾਹੌਰ ਦੇ ਵਿੱਚ, ਜਿਵੇਂ ਇਛਰਾ ਹੈ, ਇਛਰੇ ਦੇ ਵਿੱਚ ਕਾਫੀ ਲੋਕ ਬੈਠੇ ਨੇ, ਉਹਦੇ ਬਾਅਦ ਇੱਕ ਹੋਰ ਗਾਜ਼ੀ ਰੋਡ ਡਿਫੈਂਸ ਦੇ ਬਾਹਰ, ਉੱਥੇ ਕਾਫੀ ਲੋਕ ਬੈਠੇ ਨੇ ਸਾਡੀ, ਉਹਨਾਂ ਨਾਲ ਦੋਸਤੀ ਆ ਰਹੀ ਹੈ। ਉਹ ਲੋਕ ਵੀ ਕਈ ਵਿੱਚ ਆਏ ਨੇ, ਲੇਕਿਨ ਅੱਜ ਅਨਫੋਰਚੁਨੇਟਲੀ ਤਾਂ ਕੋਈ ਮੁਲਾਕਾਤ ਨਹੀਂ ਹੋ ਸਕੀ ਉਹਨਾਂ ਦੇ ਨਾਲ। ਉਹ ਗੱਡੀਆਂ ਅੱਗੇ ਪਿੱਛੇ ਹੋ ਗਈਆਂ ਸਾਡੀਆਂ, ਅਸੀਂ ਉਹਨਾਂ ਨੂੰ ਨਾਲ ਲੈ ਕੇ ਆਏ ਸਨ ਅਤੇ ਸਾਡੇ ਬਹੁਤ ਸਾਰੇ ਦੋਸਤ ਆਏ ਨੇ ਇੱਥੇ, ਜਿਹੜੇ ਕਿ ਸਿੱਖ ਇੱਧਰ ਕੰਮ ਕਰਦੇ ਪਏ ਨੇ, ਜਿੰਨੀ ਵੀ ਬਰਾਦਰੀ ਹੈ ਇਹ ਬਹੁਤ ਅੱਛੇ ਲੋਕ ਨੇ। ਅਸਲ ਪ੍ਰੋਬਲਮ ਸਿਰਫ ਗੌਰਮੈਂਟਸ ਦਾ ਸੀ, ਜਿਹੜੀ ਇੰਡੀਅਨ ਗੌਰਮੈਂਟ ਦੇ ਨਾਲ ਆਪਣਾ ਇਹਨਾਂ ਦਾ ਗੌਰਮੈਂਟ ਦਾ ਪ੍ਰੋਬਲਮ ਹੈ, ਅਦਰਵਾਈਜ਼ ਦਾ ਕਮਿਊਨਿਟੀ ਤਾਂ ਸਰ ਬਿਹਤਰੀਨ ਕਮਿਊਨਿਟੀ ਹੈ। ਅਸੀਂ ਤਾਂ ਸਮਝਦੇ ਹਾਂ ਕਿ ਸਾਡੇ ਨਾਲ ਜਿੰਨੇ ਜੋਲੀ ਔਰ ਜਿੰਨੇ ਸ਼ੁਗਲੀ ਬੰਦੇ ਨੇ ਆ, ਉਹ ਸਾਨੂੰ ਮੇਰਾ ਖਿਆਲ ਹੈ ਘੱਟ ਹੀ ਕੋਈ ਪੰਜਾਬੀ ਨਜ਼ਰ ਆਉਂਦਾ ਹੋ ਰਿਹਾ। ਤੁਸੀਂ ਬਾਬੇ ਨਾਨਕ ਦੇ ਦਰ ਤੋਂ ਅੱਜ ਕੀ ਲੈ ਕੇ ਚੱਲੇ ਹੋ? ਸਰ ਅਸੀਂ ਸਿਰਫ ਮੁਹੱਬਤ ਲੈ ਕੇ ਜਾ ਰਹੇ ਹਾਂ ਭਾਈਆਂ ਦੀ। ਇਸ ਤੋਂ ਇਲਾਵਾ ਸਾਡੇ ਕੋਲ ਸਭ ਕੁਛ ਹੈ, ਸਿਰਫ ਮੁਹੱਬਤ ਜਿਹੜੀ ਹੈ ਨਾ ਉਹ ਸਾਡੇ ਕੋਲ ਹੋਣੀ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਕੋਈ ਮਿਸਾਈਲ ਨਾ ਜ਼ਿੰਦਗੀ 'ਚ ਰਹਿਣ। ਸਾਡਾ ਇੱਥੇ ਕੋਲ ਰਕਬਾ ਵੀ ਹੈ, ਲੇਕਿਨ ਇੱਥੇ ਮੈਂ ਸਿਰਫ ਅੱਜ ਪਹਿਲੀ ਦਫਾ ਆਇਆ ਵਾਂ, ਮੇਰਾ ਇੱਥੋਂ ਕੋਈ 10-15 ਕਿਲੋਮੀਟਰ ਦੂਰ ਰਕਬਾ ਹੈ ਸਾਰਾ, ਲੇਕਿਨ ਮੈਂ ਇੱਥੇ ਸਿਰਫ ਅੱਜ ਤੁਹਾਡੀ ਇਹਨਾਂ ਦੀ ਜਿਹੜੀ ਅੱਜ ਕਮਿਊਨਿਟੀ ਇਕੱਠੀ ਹੋਈ ਹੈ ਸਿਰਫ ਉਸ ਵਜ੍ਹਾ ਤੋਂ ਇੱਧਰ ਆਇਆ ਵਾਂ। ਜਿਹੜੇ ਸਿੱਧੂ ਸਾਹਿਬ ਆਏ, ਸਪੈਸ਼ਲੀ ਸਿੱਧੂ ਸਾਹਿਬ ਔਰ ਸਾਡੇ ਖਾਨ ਸਾਹਿਬ ਨੇ ਬੜਾ ਬਿਹਤਰੀਨ ਹੈ ਕੰਮ ਕੀਤਾ ਕਿ ਇੱਕ ਦੂਜੇ ਨੂੰ ਇਕੱਠਾ ਕੀਤਾ। ਇਹਨਾਂ ਦੋਵਾਂ ਬੰਦਿਆਂ ਦਾ ਬਹੁਤ ਵੱਡਾ ਰੋਲ ਇਹਨਾਂ ਦੋਵਾਂ ਨੂੰ ਇਕੱਠਾ ਕਰਨ ਦਾ। ਸਰ ਤੁਸੀਂ 10-13 ਕਿਲੋਮੀਟਰ ਚੱਲ ਕੇ ਆਏ ਹੋ, ਅਸੀਂ 13,000 ਕਿਲੋਮੀਟਰ ਚੱਲ ਕੇ ਆਏ ਹਾਂ, ਪਰ ਮਕਸਦ ਦੋਵਾਂ ਦਾ ਇੱਕੋ ਹੀ ਹੈ, ਬਾਬੇ ਨਾਨਕ ਦੇ ਦਰ ਤੋਂ ਝੋਲੀਆਂ ਭਰ ਕੇ ਲੈ ਕੇ। ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ ਸਾਡੇ ਨਾਲ ਗੱਲ ਕਰਨ ਲਈ। ਮੇਰੇ ਮਾਤਾ ਜੀ, ਮੇਰੇ ਮਾਤਾ ਜੀ, ਮੇਰੇ ਮਾਤਾ।
ਸਤ ਸੰਗਤ ਜੀ, ਹੁਣ ਤੁਸੀਂ ਜਿਸ ਅਸਥਾਨ ਦੇ ਦਰਸ਼ਨ ਕਰ ਰਹੇ ਹੋ, ਇਹ ਗੁਰੂ ਬਾਬੇ ਨਾਨਕ ਦੇਵ ਜੀ ਦੀ ਸਮਾਧ ਹੈ। ਗੁਰੂ ਨਾਨਕ ਦੇਵ ਜੀ ਜਦੋਂ ਅਕਾਲ ਚਲਾਣਾ ਕਰ ਗਏ ਸਨ, ਉਸ ਤੋਂ ਉਪਰੰਤ ਹਿੰਦੂ ਵੀਰਾਂ ਅਤੇ ਮੁਸਲਮਾਨ ਵੀਰਾਂ ਵਿਚਾਲੇ ਇਸ ਗੱਲ ਦਾ ਝਗੜਾ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਦਫਨਾਇਆ ਜਾਏ ਜਾਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏ, ਕਿਉਂਕਿ ਦੋਨੋਂ ਹੀ ਹਿੰਦੂ ਅਤੇ ਮੁਸਲਮਾਨ ਵੀਰ ਬਾਬੇ ਨਾਨਕ ਨੂੰ ਬਹੁਤ ਪਿਆਰ ਕਰਦੇ ਸਨ। ਸੋ ਇਸ ਝਗੜੇ ਦੌਰਾਨ ਜਦੋਂ ਗੁਰੂ ਨਾਨਕ ਦੇਵ ਜੀ ਦੇ ਸਰੀਰ ਦੇ ਉੱਤੋਂ ਚਾਦਰ ਹਟਾਈ ਗਈ ਸੀ ਤਾਂ ਉਹਨਾਂ ਦੇ ਸਰੀਰ ਦੀ ਥਾਂ 'ਤੇ ਕੁਝ ਫੁੱਲ ਪਾਏ ਗਏ ਸਨ। ਅੱਧੇ ਫੁੱਲ ਅਤੇ ਅੱਧੀ ਚਾਦਰ ਹਿੰਦੂ ਵੀਰਾਂ ਦੇ ਹਿੱਸੇ ਆਈ ਅਤੇ ਅੱਧੇ ਫੁੱਲ ਅਤੇ ਅੱਧੀ ਚਾਦਰ ਮੁਸਲਮਾਨ ਵੀਰਾਂ ਨੂੰ ਦੇ ਦਿੱਤੀ ਗਈ ਸੀ। ਇਸੇ ਸਥਾਨ 'ਤੇ ਮੁਸਲਮਾਨ ਵੀਰਾਂ ਨੇ ਫਿਰ ਉਸ ਅੱਧੀ ਚਾਦਰ ਅਤੇ ਅੱਧੇ ਫੁੱਲਾਂ ਨੂੰ ਦਫਨਾਇਆ ਸੀ ਅਤੇ ਇਸ ਨੂੰ ਹੁਣ ਗੁਰੂ ਨਾਨਕ ਦੇਵ ਜੀ ਦੀ ਮਜ਼ਾਰ ਵੀ ਕਿਹਾ ਜਾਂਦਾ ਹੈ। ਸੰਗਤ ਜੀ, ਇਹ ਹੈ ਗੁਰਦੁਆਰੇ ਦੀ ਐਂਟਰੈਂਸ। ਚਾਰੋਂ ਪਾਸੇ ਆਪ ਜੀ ਦੇਖ ਸਕਦੇ ਹੋ ਬਰਾਮਦਾ ਹੈ। ਦੀਵਾਰਾਂ ਉੱਤੇ ਸੇਵਾਦਾਰਾਂ ਦੇ ਨਾਮ ਲਿਖੇ ਹੋਏ ਨੇ ਅਤੇ ਅੱਜ ਸਿਕਿਉਰਿਟੀ ਦੇ ਵੀ ਕਾਫੀ ਪੁਖਤਾ ਇੰਤਜ਼ਾਮ ਕੀਤੇ ਗਏ ਸੀਗੇ, ਕਿਉਂਕਿ ਇਮਰਾਨ ਖਾਨ ਸਾਹਿਬ ਅਤੇ ਨਵਜੋਤ ਸਿੰਘ ਸਿੱਧੂ ਸਾਹਿਬ ਆਏ ਸਨ। ਨਵੰਬਰ ਦੇ ਦਿਨਾਂ ਵਿੱਚ ਵੀ ਪਾਕਿਸਤਾਨ 'ਚ ਪੱਖੇ ਚੱਲ ਰਹੇ ਨੇ, ਆਪ ਜੀ ਦੇਖ ਸਕਦੇ ਹੋ। ਗੁਰਦੁਆਰੇ ਦੇ ਚਾਰੋਂ ਪਾਸੇ ਸੋਹਣਾ ਬਰਾਮਦਾ, ਸੋਹਣਾ ਕਾਲੀਨ ਵਿਛਿਆ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੇ ਛੋਟੇ ਸਾਈਜ਼ ਦੇ ਦਰਵਾਜ਼ੇ ਜਿਨ੍ਹਾਂ ਉੱਤੇ ਸਤਨਾਮ ਸ੍ਰੀ ਵਾਹਿਗੁਰੂ ਲਿਖਿਆ ਗਿਆ ਹੈ। ਇਸ ਕਮਰੇ ਦੇ ਅੰਦਰ ਅੰਗੀਠਾ ਸਾਹਿਬ ਹੈ, ਜਿੱਥੇ ਹਿੰਦੂ ਸਿੱਖ ਵੀਰਾਂ ਨੇ ਬਾਬੇ ਨਾਨਕ ਦੀ ਅੱਧੀ ਚਾਦਰ ਅਤੇ ਫੁੱਲਾਂ ਦਾ ਸੰਸਕਾਰ ਕੀਤਾ ਸੀਗਾ। ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ। ਇਹ ਹੈ ਜੀ ਉਹ ਸਥਾਨ ਜਿੱਥੇ ਗੁਰੂ ਬਾਬੇ ਨਾਨਕ ਜੀ ਦਾ ਸੰਸਕਾਰ ਕੀਤਾ ਸੀਗਾ। ਇਹ ਹੁਣ ਅੰਗੀਠਾ ਸਾਹਿਬ ਹੈ ਜੀ, ਅਤੇ ਇੱਥੇ ਹੀ ਇੱਕ ਚਪਚੀ ਸਾਹਿਬ ਦਾ ਗੁਟਕਾ ਵੀ ਰੱਖਿਆ ਗਿਆ ਹੈ, ਕਿਉਂਕਿ ਇਸੇ ਸਥਾਨ 'ਤੇ ਗੁਰੂ ਜੀ ਨੇ ਜਪਜੀ ਸਾਹਿਬ ਉਚਾਰੀ ਸੀਗੀ। ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦਾ ਬਣਿਆ ਗੁਰੂ ਨਾਨਕ ਜੀ ਦਾ ਅੰਗੀਠਾ ਸਾਹਿਬ। ਇਸ ਅਸਥਾਨ 'ਤੇ ਹੀ ਅੱਧੀ ਚਾਦਰ ਅਤੇ ਫੁੱਲਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਗੁਰੂ ਬਾਬੇ ਨਾਨਕ ਜੀ ਦਾ। ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਤੇ ਪਹਿਲੀ ਮੰਜ਼ਿਲ 'ਤੇ ਹੈ। ਆਓ ਜੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ। ਇਹ ਛੋਟੀਆਂ ਪੌੜੀਆਂ ਚੜ੍ਹ ਕੇ ਉੱਤੇ ਜਾਣਾ ਪੈਂਦਾ ਹੈ ਅਤੇ ਉੱਤੇ ਇਸ ਟਾਈਮ ਰਹਿਰਾਸ ਸਾਹਿਬ ਜੀ ਦਾ ਪਾਠ ਚੱਲ ਰਿਹਾ ਹੈ। ਆਓ ਜੀ ਆਪ ਜੀ ਨੂੰ ਸਰਵਣ ਕਰਾਈਏ। ਜੋ ਸੇਵਾ ਜੋ ਸੇਵਾ ਜਨ ਨਾਨਕ ਦੇ
ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਸੀਂ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਰੇ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਨ ਕੀ ਪਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋ ਨੇਚਲ ਕਰਤਾ ਸੋਈ ਤੁਦ ਆਪੇ ਜੀ ਤੁਦ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕੀ ਨਾਂ ਹੈ ਅਤੇ ਕਿੱਥੋਂ ਆਏ ਹੋ ਜੀ ਜਸਵਿੰਦਰ ਸਿੰਘ ਸਪੁੱਤਰ ਸਰਦਾਰ ਹਰਬੰਸ ਸਿੰਘ ਦਿੱਲੀ ਤੋਂ ਆਇਆ ਜੀ ਮੈਂ ਅਤੇ ਤੁਸੀਂ ਇੰਨੀਆਂ ਸਾਲਾਂ ਤੋਂ ਸਾਰੇ ਸਿੱਖ ਅਰਦਾਸਾਂ ਕਰਦੇ ਆ ਰਹੇ ਆ ਅੱਜ ਤੁਹਾਡੀ ਵੀ ਅਰਦਾਸ ਪੂਰੀ ਹੋਈ ਹੈ ਕੀ ਕਹਿਣਾ ਚਾਹੋਗੇ ਗੁਰੂ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਚੜ੍ਹਦੀ ਕਲਾ ਰੱਖੇ ਅਤੇ ਗੁਰੂ ਮਹਾਰਾਜ ਦੀ ਅਸੀਮ ਕਿਰਪਾ ਹੋਈ ਹੈ ਜਿਹੜਾ ਅਸੀਂ ਇਹਦਾ ਨਾਮ ਕਿ ਸਾਨੂੰ ਸਾਰਿਆਂ ਨੂੰ 14 ਕਰੋੜ ਸਿੱਖਾਂ ਨੂੰ ਜਿਹੜੀ ਗੱਲ ਹੈਗੀ ਹੈ ਦਰਸ਼ਨ ਅਤੇ ਬਾਕੀ ਅਸੀਂ ਗੁਰੂ ਮਹਾਰਾਜ ਅੱਗੇ ਅਰਦਾਸ ਫਿਰ ਕਰਾਂਗੇ ਕਿ ਬਾਕੀ ਵੀ ਸਾਰੇ ਲਾਂਘੇ ਖੋਲ੍ਹੇ ਜਾਣ ਸਾਰੇ ਖੁੱਲ੍ਹੇ ਦਰਸ਼ਨ ਕੀਤੇ ਦਾਰ ਦਿੱਤੇ ਜਾਣ ਜਿਹੜੀ ਅਰਦਾਸ ਅਸੀਂ ਇੰਨੇ ਸਾਲਾਂ ਤੋਂ ਕਰਦੇ ਰਹੇ ਹਾਂ ਗੁਰੂ ਨਾਨਕ ਦੇਵ ਤੋਂ ਚੋਲੀਆਂ ਪਾਰ ਕੇ ਚੱਲਿਆ ਜੀ ਚੋਲੀਆਂ ਉਹਦਾ ਕੋਈ ਅਸੀਂ ਸ਼ੁਕਰਾਨਾ ਇੰਨਾ ਜ਼ਿਆਦਾ ਉਹਨਾਂ ਨੇ ਇੰਨਾ ਕੁਛ ਪਾ ਦਿੱਤਾ ਸਾਨੂੰ ਅਸੀਂ ਇਹਦਾ ਕੁਛ ਦੇਣਾ ਦੇ ਨਹੀਂ ਸਕਦੇ ਇੰਨੇ ਬਹੁਤ ਚੋਲੀਆਂ ਪਾਰ ਕੇ ਚੱਲੇ ਖੁੱਲੀਆਂ ਚੋਲੀਆਂ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਅਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੂ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਜੇਤੀ ਮਨ ਦੀਆਂ ਵਰਮਾਈਆਂ ਰਾਮ ਸੰਸਰ ਵਾਸੀਆਂ ਸਤ ਦਾ ਮਨਾਈਆਂ ਸਦੋਤ ਦਾ ਹੋ ਹਰੀ ਕੇਰਾ ਇਹ ਹੈ ਜੀ ਬਾਬੇ ਨਾਨਕ ਦੇ ਘਰ ਦਾ ਉਹ ਖੂਹ ਜਿੱਥੋਂ ਬਾਬੇ ਨਾਨਕ ਨੇ 18 ਸਾਲ ਆਪਣੇ ਖੇਤਾਂ ਨੂੰ ਪਾਣੀ ਪਹੁੰਚਾਇਆ ਸੁੱਕੇ ਖੇਤ ਹਰੇ ਕੀਤੇ ਆਪ ਜੀ ਦੇਖ ਸਕਦੇ ਹੋ ਜੀ ਬਾਬੇ ਨਾਨਕ ਦੇ ਘਰ ਦਾ ਟਿੰਡਾਂ ਸਮੇਤ ਉਸ ਜ਼ਮਾਨੇ ਦਾ ਖੂਹ ਅਤੇ ਅੱਜ ਵੀ ਇਸ ਖੂਹ ਦੇ ਵਿੱਚੋਂ ਪਾਣੀ ਨਿਕਲਦਾ ਹੈ ਕਾਫੀ ਗਹਿਰਾਈ ਹੈ ਇਸ ਖੂਹ ਦੀ ਸੰਗਤਾਂ ਇਸ ਖੂਹ ਦਾ ਜਲ ਛੱਕ ਕੇ ਆਪਣੇ ਆਪ ਨੂੰ ਨਿਹਾਲ ਕਰਦੀਆਂ ਨੇ ਆਪ ਜੀ ਦੇਖ ਸਕਦੇ ਹੋ ਕਿੰਨੀ ਗਹਿਰਾਈ ਹੈ ਇਸ ਖੂਹ ਦੀ ਅਤੇ ਜਿੱਥੋਂ ਤੱਕ ਲਾਈਟ ਪਹੁੰਚਦੀ ਹੈ ਆਪ ਜੀ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪ ਜੀ ਪਾਣੀ ਦਾ ਲਿਸ਼ਕੋਰਾ ਦੇਖ ਸਕਦੇ ਹੋ ਪਾਣੀ ਖੂਹ ਦੇ ਵਿੱਚ ਬਾਬੇ ਨਾਨਕ ਦੇ ਘਰ ਦਾ ਖੂਹ ਟਿੰਡਾਂ ਸਮੇਤ ਉਸ ਜ਼ਮਾਨੇ ਦਾ ਇਸ ਖੂਹ ਦਾ ਜਲ ਛੱਕਦੇ ਹੋਏ ਸੰਗਤਾਂ ਅਤੇ ਇਸ ਟਾਈਮ ਪਿੱਛੇ ਅਨਾਊਂਸਮੈਂਟ ਹੋ ਰਹੀ ਹੈ ਵੀ ਜਿਹੜੇ ਇੰਡੀਆ ਤੋਂ ਆਏ ਨੇ ਉਹਨਾਂ ਵਾਸਤੇ ਬੱਸਾਂ ਤਿਆਰ ਨੇ ਉਹਨਾਂ ਨੂੰ ਵਾਪਸ ਲੈ ਕੇ ਜਾਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਸੀਂ ਇਹ ਵੀਰ ਮੇਰੇ ਨੇ ਇਹ ਫੋਟੋ ਲਈ ਹੈ ਅਤੇ ਇਹਦੇ 'ਤੇ ਜਿਹੜਾ ਬੋਰਡ ਲੱਗਿਆ ਹੋਇਆ ਉਹਦੇ ਉੱਤੇ ਐਕਸਪਲੇਨ ਕੀਤਾ ਹੋਇਆ ਕੀ ਸਿਚੁਏਸ਼ਨ ਸੀ
ਮੈਂ ਥੋੜ੍ਹਾ ਉਹੀ ਅੱਗੇ ਐਕਸਪਲੇਨ ਕਰਦਾ ਹਾਂ ਕਿ 1971 ਦੇ ਵਿੱਚ ਪਾਕਿਸਤਾਨ ਇੰਡੀਆ ਦੇ ਵਾਰ ਦੇ ਵਿੱਚ ਪਾਕਿਸਤਾਨ ਦੇ ਉੱਤੇ ਸਿਰਫ ਹਮਲਾ ਨਹੀਂ ਹੋਇਆ, ਉਸ ਟਾਈਮ ਇੰਡੀਅਨ ਏਅਰਫੋਰਸ ਨੇ ਖਾਸ ਕਰਕੇ ਤਾਂ ਕਿ ਸਿੱਖਾਂ ਨੂੰ ਭੜਕਾਇਆ ਜਾਏ ਕਿ ਉਹਨਾਂ ਦੇ ਗੁਰਦੁਆਰੇ 'ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਨੇ 1971 ਵਿੱਚ ਏਅਰਫੋਰਸ ਨੇ ਇੱਥੇ ਬੰਬ ਸੁੱਟਿਆ ਸੀ। ਵਾਹਿਗੁਰੂ ਦੀ ਮਿਹਰ, ਗੁਰੂ ਨਾਨਕ ਦਾ ਚਮਤਕਾਰ ਕਿ ਉਹ ਖੂਹ ਦੇ ਵਿੱਚ ਮਿਜ਼ਾਇਲ ਜਿਹੜੀ ਹੈ ਬੰਬ ਜਿਹੜਾ ਹੈ ਉਹ ਡਿੱਗਿਆ ਅਤੇ ਉਹ ਕੰਮ ਉਹ ਫਟਿਆ ਨਹੀਂ। ਉਸ ਤੋਂ ਬਾਅਦ ਗੌਰਮੈਂਟ ਆਫ ਇੰਡੀਆ ਨੇ ਬੜਾ ਕਿਹਾ ਪਾਕਿਸਤਾਨ ਗੌਰਮੈਂਟ ਨੂੰ ਕਿ ਇਹ ਜਿਹੜਾ ਬੰਬ ਹੈ ਇਸ ਨੂੰ ਇੱਥੇ ਡਿਸਪਲੇ ਨਾ ਕੀਤਾ ਜਾਏ, ਲੇਕਿਨ ਇਹੀਓ ਹੈ ਇੱਥੇ ਦੀ ਜਿਹੜੀ ਹੈ ਗੌਰਮੈਂਟ ਉਹਨੇ ਡਿਸਾਈਡ ਕੀਤਾ ਕਿ ਇਹ ਸੱਚ ਹੈ, ਉਹਦੇ ਕਾਰਨ ਅਸੀਂ ਇੱਥੇ ਰੱਖਣਾ ਚਾਹੁੰਦੇ ਹਾਂ, ਇਹ ਦਿਖਾਉਣਾ ਚਾਹੁੰਦੇ ਹਾਂ ਕਿ ਬਈ ਕੀ ਹੋਇਆ, ਸੱਚ ਨੂੰ ਫੈਕਟਸ ਨੂੰ ਨਹੀਂ ਅਸੀਂ ਛੁਪਾਉਣਾ। ਅਤੇ ਇਹ ਤੁਸੀਂ ਵੇਖਦੇ ਪਿਓ ਕਿ ਉਹ ਫੋਕਸ ਕਰ ਰਹੇ ਨੇ ਉਸ ਮਿਜ਼ਾਇਲ ਦੇ ਉੱਤੇ, ਉਸ ਬੰਬ ਦੇ ਪਾਰਟ ਉੱਤੇ ਜਿਹੜਾ ਖੂਹ ਵਿੱਚ ਮਿਲਿਆ ਸੀ 1971 ਦੀ ਵਾਰ ਦੇ ਵਿੱਚ। ਗੁਰਦੁਆਰਾ ਇੱਥੋਂ ਕੁਝ ਫਿੱਟ 'ਤੇ ਹੈ ਅਤੇ ਇਹ ਅਗਰ ਇਹ ਫਟਦਾ ਤਾਂ ਜ਼ਰੂਰ ਟਾਰਗੇਟ ਉਹੀਓ ਸੀ, ਅਗਰ ਇੱਥੇ ਵੀ ਇਹ ਹੁੰਦਾ ਤਾਂ ਨੁਕਸਾਨ ਗੁਰਦੁਆਰਾ ਜਿਹੜਾ ਢਹਿ ਸਕਦਾ ਸੀ, ਅਤੇ ਇਹੀਓ ਏਮ ਸੀ। ਨਹੀਂ ਤਾਂ ਇੰਡੀਅਨ ਏਅਰਫੋਰਸ ਦਾ ਕੋਈ ਤੁੱਕ ਨਹੀਂ ਸੀ ਕਿ ਗੁਰਦੁਆਰੇ ਦੀ 100 ਵਿਜ਼ਿਨਿਟੀ ਵਿੱਚ ਬੰਬ ਡਰੋਪ ਕੀਤਾ ਜਾਵੇ। ਉਹਦੀਆਂ ਟਿੰਡਾਂ 'ਚੋਂ ਪਾਣੀ ਕੱਢ ਕੇ ਜਲ ਵਾਂਗ ਉਹਨੂੰ ਵਰਤਿਆ ਜਾ ਰਿਹਾ ਹੈ। ਜਨਮਾਂ ਜਨਮਾਂ ਦੀਆਂ ਪਿਆਸਾਂ ਬੁਝਾਉਣ ਵਾਲਾ ਇਹ ਜਲ ਅੰਮ੍ਰਿਤ ਦੇ ਰੂਪ ਵਿੱਚ, ਸੰਗਤਾਂ ਪ੍ਰਸ਼ਾਦ ਦੇ ਰੂਪ ਵਿੱਚ ਸਰਵਣ ਕਰ ਰਹੀਆਂ ਹਨ। ਵਾਹਿਗੁਰੂ ਜੀ, ਆਪ ਜੀ ਦੇਖ ਸਕਦੇ ਹੋ ਇਹ ਟਿੰਡਾਂ 'ਤੇ ਹੁਣ ਫਰੈਸ਼ ਰੰਗ ਵੀ ਕੀਤਾ ਗਿਆ ਹੈ, ਪਰ ਇਹ ਟਿੰਡਾਂ ਓਰਿਜਨਲ ਨੇ। ਭਾਵੇਂ ਰੰਗ ਹੁਣ ਕੀਤਾ ਗਿਆ ਪਰ ਇਹ ਟਿੰਡਾਂ ਓਰਿਜਨਲ ਨੇ, ਗੁਰੂ ਨਾਨਕ ਦੇ ਟਾਈਮ ਦੀਆਂ ਨੇ। ਭਾਵੇਂ ਇਹਨਾਂ ਨੂੰ ਬਾਅਦ 'ਚ ਥੋੜ੍ਹਾ ਜਿਹਾ ਇਹਨਾਂ ਨੇ ਮੇਨਟੇਨੈਂਸ ਵਾਸਤੇ ਇਹਨਾਂ ਨੂੰ ਸਹੀ ਵੀ ਕੀਤਾ ਹੋਊਗਾ, ਪਰ ਓਰਿਜਨਲ ਟਿੰਡਾ ਇਸੇ ਤਰ੍ਹਾਂ ਸੀ। ਇਹਦੀ ਚਰਖੀ ਜਿਹੜੀ ਹੈ ਉਹ ਓਰਿਜਨਲ ਹੈ, ਥੱਲੇ ਜਿਹੜਾ ਪਾਣੀ ਹੈ ਇਹ ਬਹੁਤ ਡੂੰਘਾ ਹੈ, ਅਤੇ ਟਿੰਡਾਂ ਵੀ ਬਹੁਤ ਡੂੰਘੀਆਂ ਨੇ ਕਿਉਂਕਿ ਵਿੱਚ ਹਜ਼ਾਰਾਂ ਟਿੰਡਾਂ ਹੋ ਸਕਦੀਆਂ ਨੇ, ਕਿਉਂਕਿ ਖੇਤ ਵੀ ਉਦੋਂ ਕਾਫੀ ਸੀ ਗੁਰੂ ਨਾਨਕ ਜੀ ਕੋਲ, ਅਤੇ ਪਾਣੀ ਇੰਨਾ ਕੱਢਣਾ ਥੋੜ੍ਹੇ ਥੋੜ੍ਹੇ ਕੱਢਣਾ ਸੌਖਾ ਨਹੀਂ ਸੀ, ਤਾਂ ਇੱਕਦਮ ਸਾਰੀਆਂ ਟਿੰਡਾਂ ਘੁਮਾ ਕੇ ਪਾਣੀ ਸੁੱਟਦੀਆਂ ਸਨ, ਅਤੇ ਤਾਂ ਖੇਤਾਂ ਤੱਕ ਗੁਰੂ ਜੀ ਦਾ ਪਾਣੀ ਪਹੁੰਚਦਾ ਸੀਗਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਬਹੁਤ ਹੀ ਮਿੱਠਾ ਅੰਮ੍ਰਿਤ, ਅਤੇ ਦਰਖਾਸਤ ਕਰਾਂਗੇ ਜਿਹੜੇ ਹਾਲੇ ਇੱਥੋਂ ਤੱਕ ਨਹੀਂ ਪਹੁੰਚ ਸਕੇ ਕਿਸੇ ਵੀ ਕਾਰਨਵਸ਼, ਡਰ ਦੇ ਕਾਰਨਵਸ਼, ਇਸ ਤਰ੍ਹਾਂ ਦੀ ਕੋਈ ਵੀ ਘਬਰਾਉਣ ਦੀ ਗੱਲ ਨਹੀਂ ਹੈ। ਪਾਕਿਸਤਾਨ ਇੰਡੀਆ ਤੋਂ ਵੀ ਵੱਧ ਸੇਫ ਇਸ ਟਾਈਮ ਜਗ੍ਹਾ ਬਣ ਚੁੱਕੀ ਹੈ, ਸੋ ਗੁਜ਼ਾਰਿਸ਼ ਕਰਾਂਗੇ ਜਿੰਨੇ ਵੀ ਸਿੱਖ ਆਉਣ ਦੇ ਇੱਛੁਕ ਨੇ, ਡਿਜ਼ਾਇਰ ਰੱਖਦੇ ਨੇ, ਪਲੀਜ਼ ਆਓ ਅਤੇ ਦਰਸ਼ਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।
ਸਾਡੇ ਕੋਲ ਇੱਥੇ ਕਰਤਾਰਪੁਰ ਸਾਹਿਬ ਪੂਰੇ ਦੁਨੀਆ ਤੋਂ ਤਸ਼ਰੀਫ ਲੈ ਆਇਓ ਸਾਡੇ ਸਿੱਖ ਵੀਰ ਸਾਡੇ ਯਾਤਰੀ ਇਤਨੀ ਖੁਸ਼ੀ ਹੋਈ ਹੈ ਇੰਨੀ ਖੁਸ਼ੀ ਹੋਈ ਹੈ ਯਕੀਨ ਕਰੋ ਜਿਹੜਾ ਨਾ ਸਾਡਾ ਅਸੀਂ ਵੀਰਾਂ ਦਾ ਖੂਨ ਕਿਲੋ ਜਿਹੜਾ ਹੈ ਨਾ ਉਹ ਵੱਧ ਗਿਆ ਤੁਸੀਂ ਜਿਹੜੇ ਸਾਨੂੰ ਔਰ ਯਕੀਨ ਕਰੋ ਤੁਸੀਂ ਹੁਣ ਕੱਲ੍ਹ ਪਰਸੋਂ ਚੌਥ ਤੋਂ ਵਾਪਸ ਤੁਰ ਜਾਓਗੇ ਜਿਹੜਾ ਹੈ ਨਾ ਜਿਵੇਂ ਮੈਨੂੰ ਨਹੀਂ ਹੁੰਦਾ ਨਾਨਕਿਆਂ 'ਤੇ ਦਾਦਕਿਆਂ 'ਤੇ ਸਾਨੂੰ ਉਂਝ ਦੀ ਖੁਸ਼ੀ ਹੋ ਰਹੀ ਸੀ ਅਤੇ ਹੁਣ ਅਸੀਂ ਉਸ ਤੋਂ ਬਾਅਦ ਤੁਹਾਡੇ ਜਾਵਣ ਤੋਂ ਬਾਅਦ ਉਦਾਸ ਵੀ ਹੋ ਜਾਵਾਂਗੇ ਠੀਕ ਹੈ ਅਤੇ ਗਮ ਵਿੱਚ ਵੀ ਤੁਰ ਜਾਵਾਂਗੇ ਕਿ ਤੁਸੀਂ ਵਾਪਸ ਜਾ ਰਹੇ ਹੋ ਲੇਕਿਨ ਉਮੀਦ ਦੁਨੀਆ ਕਹਿ ਮੈਂ ਤੁਸੀਂ ਦੁਬਾਰਾ ਵੀ ਵਾਪਸ ਆਓਗੇ ਅਤੇ ਇਸਲਾਮਾਬਾਦ ਸੀ ਮੈਂ ਤਾਂ ਬਾਬੇ ਦਾ ਜਿਸ ਟਾਈਮ ਮੈਨੂੰ ਪਤਾ ਚੱਲਿਆ ਕਿ ਪਹਿਲੇ ਡੇਢ ਦੋ ਮਹੀਨੇ ਤੋਂ ਤਿਆਰੀ ਸੀ ਸਾਡੀ ਅਤੇ ਮੈਂ ਸਪੈਸ਼ਲ ਇਸਲਾਮਾਬਾਦ ਤੋਂ ਇੱਥੇ ਆਇਆ ਜੀ ਅਤੇ ਪੂਰੇ ਸਿੱਖ ਯਾਤਰੀਆਂ ਨੂੰ ਅੱਜ ਬੜਾ ਜਫੀਆਂ ਮਾਰੀਆਂ ਨੇ ਯਕੀਨ ਕਰੋ ਮੈਂ ਕਹਾਂਗਾ ਕਿ ਤੁਹਾਡਾ ਜਿਹੜਾ ਅਸਲ ਘਰ ਹੈ ਪਹਿਲਾ ਘਰ ਇਹ ਵੇ ਦੂਜਾ ਘਰ ਜਿਹੜਾ ਇੰਡੀਆ ਹੈ ਜਾਂ ਕੈਨੇਡਾ ਹੈ ਜਾਂ ਕੈਲੀਫੋਰਨੀਆ ਜਾਂ ਯੂ ਐੱਸ ਏ ਵੇ ਤੁਸੀਂ ਸਾਡੇ ਵੀਰ ਹੋ ਸਾਡੇ ਤੁਸੀਂ ਭਰਾ ਹੋ ਅਤੇ ਅੱਜ ਮੈਂ ਐਂਡ 'ਤੇ ਇਹੀ ਕਹਿਣਾ ਚਾਹਾਂਗਾ ਕਿ ਮੈਂ ਇੱਕ ਨਾ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਇਨਸਾਨ ਸਮਝਣਾ ਕਿ ਜਿਹਨੇ ਨਵਜੋਤ ਸਿੰਘ ਸਿੱਧੂ ਨੂੰ ਅੱਖਾਂ 'ਚ ਅੱਖਾਂ ਪਾ ਕੇ ਸੁਣਿਆ ਬਈ ਜਣੇ ਵੀ ਚਾਹ ਸਾਈ ਜਿਸ ਟਾਈਮ ਉਹ ਕਹਿੰਦਾ ਆਉਂਦਾ ਕਿ ਠੋਕੋ ਤਾੜੀ ਸਾਡਾ ਪੀ ਐੱਮ ਇਮਰਾਨ ਖਾਨ ਸਾਹਿਬ ਵੀ ਸਭ ਨੂੰ ਇਹ ਮੁਬਾਰਕਬਾਦ ਦੇਵਣਾ ਚਾਹਾਂਗਾ ਕਿਉਂਕਿ ਇਹ 7 ਸਾਲ ਦਾ ਕੰਮ ਸੀ ਜਿਹੜਾ 9 ਮਹੀਨੇ 'ਚ ਮੁਕੰਮਲ ਹੋਇਆ ਅਤੇ ਇਹ ਇੱਕ ਬੜਾ ਵੱਡਾ ਖਾਬ ਸੀ ਜਿਹਨੂੰ ਅੱਲਾਹ ਤਾਲਾ ਪਾਕ ਨੇ ਵਾਹਿਗੁਰੂ ਨੇ ਜਿਹਨੂੰ ਇਹ ਕਾਮਯਾਬੀ ਦਿੱਤੀ ਹੈ ਜੀ ਅਤੇ ਅਸੀਂ ਤੁਹਾਨੂੰ ਦੁਬਾਰਾ ਵੀ ਵੈਲਕਮ ਕਰਾਂਗੇ ਨਨਕਾਣਾ ਸਾਹਿਬ ਵਿੱਚ ਪੰਜਾਬ ਵਿੱਚ ਗੁਰਦੁਆਰਾ ਕਿਸੇ ਵੀ ਗੁਰਦੁਆਰੇ 'ਚ ਆਓ ਤੁਹਾਡਾ ਆਪਣਾ ਘਰ ਹੋ ਸਾਡੇ ਵੀਰ ਹੋ ਸਾਡੇ ਭਰਾ ਹੋ ਕਦੋਂ ਵੀ ਕਿਸੇ ਟਾਈਮ ਦਿਨ ਆਓ ਰਾਤ ਆਓ ਝੜੀ ਆਓ ਸ਼ਾਮੀ ਆਓ ਬਾਰਿਸ਼ 'ਚ ਆਓ ਧੁੱਪੇ 'ਚ ਆਓ ਤੁਹਾਡਾ ਆਪਣਾ ਘਰ ਹੈ ਪੰਜਾ ਸਾਹਿਬ ਆਓ ਦਰਬਾਰ ਸਾਹਿਬ ਆਓ ਨਨਕਾਣਾ ਸਾਹਿਬ ਜਾਓ ਉੱਥੇ ਲਾਹੌਰ ਆਓ ਸੋ ਬਿਸਮਿਲ੍ਲਾ ਜੀ ਆਇਆਂ ਨੂੰ ਅੱਲਾਹ ਤੁਹਾਨੂੰ ਖੁਸ਼ ਰੱਖੇ ਬਹੁਤ ਮਿਹਰਬਾਨੀ ਅੱਲਾਹ ਹਾਫਿਜ਼। ਅੱਜ ਕੋਰੀਡੋਰ ਖੁੱਲ੍ਹਾ ਅਤੇ ਅੱਜ ਇਹਨਾਂ ਸੰਗਤਾਂ ਨੂੰ ਸੰਬੋਧਿਤ ਕੀਤਾ ਉਹ ਦੇਖੋ ਸਾਹਮਣੇ ਲਾਈਟਾਂ ਦਿਸ ਰਹੀਆਂ ਇਹ ਕੋਰੀਡੋਰ ਹੈ ਸਿੱਧਾ ਇੰਡੀਆ ਤੋਂ ਪਾਕਿਸਤਾਨ ਨੂੰ ਜੋੜਨ ਵਾਲਾ ਮੇਰਾ ਬਾਬਾ ਨਾਨਕ ਉਹਦਾ ਘਰ ਇਹੀ ਸਥਾਨ ਹੈ ਜਿੱਥੇ ਅੱਜ ਇਮਰਾਨ ਖਾਨ ਨਵਜੋਤ ਸਿੱਧੂ ਅਤੇ ਹੋਰ ਡਿਪਲੋਮੈਟਸ ਇੰਡੀਆ ਤੋਂ ਪਾਕਿਸਤਾਨ ਤੋਂ ਇਕੱਠੇ ਹੋਏ ਸੀਗੇ ਆਹ ਸਰਾਣੇ ਪਏ ਆ ਗੱਦੀਆਂ ਪਈਆਂ ਜਿੱਥੇ ਸੰਗਤਾਂ ਬੈਠੀਆਂ ਸੀਗੀਆਂ
ਸਾਰੇ ਸਿੱਖਾਂ ਨੂੰ ਚੜ੍ਹਦੀ ਕਲਾ ਰੱਖਦੇ ਗੁਰੂ ਮਹਾਰਾਜ ਦੀ ਅਸੀਮ ਕਿਰਪਾ ਹੈਗੀ ਆ। ਜਿਹੜੇ ਅਸੀਂ ਇਹ ਧਰਮ ਕੀ